quiero ver qué pasa de quiero. ਹਾਂ ਦੱਸੋ ਜੀ। ਮੇਰਾ ਨਾਮ ਅਵਤਾਰ ਬਾਬਾ ਜੀ, ਕਿਸਾਨ ਮਜ਼ਦੂਰ ਸੰਘ ਸਮਿਤੀ ਪੰਜਾਬ ਜੋਨ ਰਾਮਤੀਰ ਦਾ ਆਗੂ ਅਵਤਾਰ ਬਾਬਾ। ਹਾਂ ਜੀ, ਕੀ ਮਸਲਾ ਤੁਹਾਡਾ ਅੱਜ ਦਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ? ਮਸਲਾ ਇਹ ਜੀ, ਅੱਜ ਅਸੀਂ ਇੱਥੇ ਪਿੰਡ ਚੈਨਪੁਰ ਦੇ ਵਿੱਚ ਇਹ ਜਿਹੜੀ ਪੁਲੀ ਉਸਾਰੀ ਕੀਤੀ ਗਈ ਆ, ਇਹਦੇ ਵਿੱਚ ਬਹੁਤ ਹੀ ਨੀਵੀਆਂ ਜਿਹੜੀਆਂ ਵੱਡੀ ਲਾਈਨ ਜਿਹੜੀ ਆ, ਬਹੁਤ ਹੀ ਨੀਵੀਆਂ ਤਾਰਾਂ ਸੀ, ਜਿਹਦੇ ਵਿੱਚ ਅਸੀਂ ਬਿਜਲੀ ਮਹਿਕਮੇ ਵਿਭਾਗ ਨੂੰ ਆਪਾਂ ਦਫ਼ਤਰ ਦੇ ਵਿੱਚ ਦਰਖਾਸਤਾਂ ਵੀ ਦਿੱਤੀਆਂ, 3-4-24 ਨੂੰ ਦਰਖਾਸਤਾਂ ਦਿੱਤੀਆਂ ਸੀ ਵੀ ਭਾਈ ਇਹ ਜਿਹੜੀਆਂ ਤਾਰਾਂ ਨਾ, ਇਹ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ ਜਾਣ, ਇਹਦੇ ਵਿੱਚ ਜਾਨੀ ਮਾਲੀ ਨੁਕਸਾਨ ਵੀ ਹੋ ਸਕਦਾ ਆ। ਅਤੇ ਉਹਨਾਂ ਨੇ ਕਿਹਾ ਸੀ ਅੱਗੋਂ ਕਿ ਜਾਣਾ ਕਿ ਅਸੀਂ ਠੀਕ ਆ, ਮੌਕਾ ਆਣ ਕੇ ਦੇਖਾਂਗੇ। ਅੱਜ 24 ਦਿਨ ਹੋ ਚੁੱਕੇ ਆ, ਯਾਨੀ ਕਿ ਕੋਈ ਵੀ ਨਾ ਤਾਂ ਜਾਈਏ ਇੱਥੇ ਰਵਿੰਦਰ ਸਿੰਘ ਜਿਹਦੇ ਇਲਾਕਾ ਪੈਂਦਾ, ਨਾ ਉਹ ਪਹੁੰਚਿਆ ਅਤੇ ਨਾ SDO ਸਾਹਿਬ ਇੱਥੇ ਮੌਕਾ ਆਣ ਕੇ ਵੇਖ ਕੇ ਗਏ ਆ। ਅੱਜ ਕਣਕ ਵੱਢਣ ਵਾਸਤੇ ਕੰਪਾਈਨ ਜਿਹੜੀ ਆ ਇੱਥੇ ਪਹੁੰਚੀ ਸੀ, ਅਤੇ ਉਹ ਇੱਥੋਂ ਮੋੜ ਲੱਗੀ, ਜਦੋਂ ਮੋੜ ਲੱਗੀ ਆ ਤਾਰਾਂ ਨੀਵੀਆਂ ਕਰਕੇ ਉਹਨਾਂ ਕਰੰਟ ਲੱਗ ਗਿਆ, ਅਤੇ ਮੌਕੇ 'ਤੇ ਜਿਹੜਾ ਫੋਰਮੈਨ ਸੀ ਮੌਕੇ 'ਤੇ ਹੀ ਖਤਮ ਹੋ ਚੁੱਕਿਆ ਸੀ। ਕਿੱਥੋਂ ਸੀ ਇਹ ਜਿਹੜਾ ਫੋਰਮੈਨ ਸੀ? ਇਹ ਸੰਗਰੂਰ ਤੋਂ ਜੀ, ਜ਼ਿਲ੍ਹਾ ਸੰਗਰੂਰ ਹੀ। ਅਤੇ ਕੀ ਮੰਗ ਕਰਦੇ ਹੋ ਤੁਸੀਂ? ਅਸੀਂ ਮੰਗ ਇਹ ਕਰਦੇ ਹਾਂ ਕਿ ਪਹਿਲੀ ਗੱਲ ਹੈ ਵੀ ਜਿਹੜੀ ਇਹਨਾਂ ਦੀਆਂ ਦੂਜਾ ਨਾ ਕਿਲੇ ਦੀਆਂ ਜਿਹੜੀਆਂ ਗਲਤੀਆਂ ਹੋਈਆਂ ਬਿਜਲੀ ਵਾਲਿਆਂ ਕੋਲ, ਜਿਹੜੀਆਂ ਉੱਦਾਂ ਦੀਆਂ ਉਹਨਾਂ ਨੇ ਨਹੀਂ ਤਾਰਾਂ ਜਿਹੜੀਆਂ ਮਤਲਬ ਉੱਚੀਆਂ ਕੀਤੀਆਂ, ਇਹਨਾਂ ਨੇ ਬੜੀ ਹੀ ਵੱਡੀ ਬੇਪਰਵਾਹੀ ਇਹਨਾਂ ਨੇ ਵਰਤੀ ਆ। ਅਤੇ ਇਹਦੇ ਵਿੱਚ ਜਿਹੜਾ ਮੌਕੇ 'ਤੇ ਜਿਹੜਾ ਰਵਿੰਦਰਪਾਲ ਸਿੰਘ ਆ ਜਈ ਆ, ਉਹਦੇ 'ਤੇ ਬਣਦੀ ਕਾਰਵਾਈ ਜਿਹੜਾ ਪਰਚਾ ਹੋਣਾ ਚਾਹੀਦਾ, 302 ਦੀ ਧਾਰਾ ਲੱਗਣੀ ਚਾਹੀਦੀ ਆ, ਕਿਉਂਕਿ ਦੂਜਾ ਨਕਲੇ ਦੇ ਜਿਹੜਾ ਨੁਕਸਾਨ ਹੋਇਆ ਮੌਕੇ 'ਤੇ, ਫੋਰਮੈਨ ਜਿਹੜਾ ਮਰ ਗਿਆ, ਇਹ ਸਿਰਫ ਜਿਹੜਾ ਬੱਤੀ ਵਾਲਿਆਂ ਦੀ ਨਾਕਾਮੀ ਦੇ ਨਾਲ ਹੀ ਹੋਇਆ। ਅਤੇ ਇਸ ਕਰਕੇ ਦੂਜਿਆਂ ਨੂੰ ਵੱਧ ਤੋਂ ਵੱਧ ਜਿਹੜੀ ਇਹਨਾਂ 'ਤੇ ਜੋ ਵੀ ਧਾਰਾ ਲਾ ਕੇ ਜੋ ਵੀ ਸਜ਼ਾ ਉਹ ਇਹਨੂੰ ਸਜ਼ਾ ਹੋਈ। ਘਟਨਾ ਸਥਾਨ 'ਤੇ ਕੋਈ ਬਿਜਲੀ ਮੁਲਾਜ਼ਮ ਹੁਣ ਤੱਕ ਪਹੁੰਚਿਆ ਕਿ ਨਹੀਂ ਪਹੁੰਚਿਆ? 2 ਘੰਟੇ ਹੋ ਚੱਲੇ ਜੀ, ਹਾਲੇ ਤੱਕ ਤਾਂ ਕੋਈ ਨਹੀਂ ਪਹੁੰਚਿਆ। ਅਸੀਂ ਫੋਨ ਵੀ ਕੀਤੇ ਆ SDO ਸਾਹਿਬ ਨੂੰ ਵੀ ਫੋਨ ਕੀਤਾ, ਅਤੇ ਇਹਨਾਂ ਨੂੰ ਜਈ ਸਾਹਿਬ ਨੂੰ, ਜਈ ਸਾਹਿਬ ਨੇ ਤਾਂ ਸਾਡਾ ਫੋਨ ਹੀ ਨਹੀਂ ਪਿਕਅਪ ਕੀਤਾ, ਨਾ ਉਹਨਾਂ ਚੁੱਕੇ ਨਹੀਂ ਸਾਨੂੰ, ਦੂਜਾ ਲਾ ਕੇ ਗਾੜੀ ਉਹ ਕੱਟੀ ਜਾਂਦੇ, ਫੋਨ ਕੱਟੀ ਜਾਂਦੇ ਸਰ। ਅਤੇ SDO ਸਾਹਿਬ ਨੇ ਕੀ ਜਵਾਬ? SDO ਸਾਹਿਬ ਨੇ ਕਿਹਾ ਸੀ ਵੀ ਮੈਂ ਜਈ ਜਿਹੜਾ ਅੰਮ੍ਰਿਤਸਰ ਆ, ਅਤੇ ਮੈਂ ਘੰਟੇ 1/2 ਘੰਟੇ ਤੱਕ ਆਉਂਦਾ ਹੈ, ਅਤੇ ਆਹ 2 ਘੰਟੇ ਹੋ ਗਏ, ਹੁਣ ਫਿਰ 3 ਕੌਲਾਂ ਕਰ ਦਿੱਤੀਆਂ, ਹਲੇ ਉਹਨਾਂ ਉਹਨਾਂ ਉੱਥੋਂ ਵੇਖ ਕੇ ਕਹੀ ਜਾਂਦੇ ਵੀ ਨਹੀਂ ਤਾਰਾਂ ਜਿਹੜੀਆਂ ਉੱਚੀਆਂ ਕੀਤੀਆਂ, ਯਾਨੀ ਕਿ ਮੌਕਾ ਨਹੀਂ ਉਹਨਾਂ ਨੇ ਆਣ ਕੇ ਵੇਖਿਆ। ਠੀਕ।